अक्सर देखा गया है कि लोग डॉक्टर की सलाह लिए बिना ही मेडिकल स्टोर से बीमारी बताकर खुद ही मर्जी से दवाई खरीद लेते हैं, जिसकी वजह से उन्हें बाद में पछताना पड़ता है। मरीजों की सहूलियत को देखते हुए लुधियाना के दुगरी इलाके में आज एक ऐसे मेडिकल स्टोर की शुरुआत की गई है, जहां पर आप मेडिकल चेकअप के बाद ही दवाई खरीद सकेंगे और माहिर डॉक्टरों की टीम पूरा दिन मेडिकल स्टोर पर उपलब्ध रहेगी। आप भी देखें यह रिपोर्ट। ਅਸੀਂ ਨਾ ਇੱਥੇ ਤਕਰੀਬਨ ਲਾਈਫ ਸੇਵਿੰਗ ਮੈਡੀਸਨ ਜ਼ਿਆਦਾ ਰੱਖੀ ਹੈਗੀਆਂ ਨੇ, ਜਿਹੜੀਆਂ ਕਿ ਮਤਲਬ ਅਵੇਲੇਬਲ ਨਹੀਂ ਹੁੰਦੀਆਂ। ਕਿਸੇ ਨੂੰ DMC ਜਾਣਾ ਪੈਂਦਾ ਸੀ, ਕਿਸੇ ਨੂੰ CMC ਜਾਣਾ ਪੈਂਦਾ ਸੀ, ਕਿਸੇ ਨੂੰ ਉਸ ਵੱਲ ਜਾਣਾ ਪੈਂਦਾ ਸੀ। ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇੱਥੇ ਅਸੀਂ ਉਹ ਸਾਰੀਆਂ ਦਵਾਈਆਂ ਅਵੇਲੇਬਲ ਕੀਤੀਆਂ ਨੇ। ਉਦੋਂ ਬਾਅਦ ਕੁਝ ਇੱਧਰ ਡਾਕਟਰਾਂ ਦੀ ਬੜੀ ਲੋੜ ਸੀਗੀ, ਅਸੀਂ ਨਾਲ ਹੀ OPD ਸ਼ੁਰੂ ਕੀਤੀ ਹੈ। ਜਿਹੜੇ ਸਾਡੇ ਮੈਡੀਵਿਜ ਹੋਸਪਿਟਲ ਸੀਨੀਅਰ ਡਾਕਟਰ ਹੈਗੇ ਆ, ਉਹ ਦੋ ਦੋ ਤਿੰਨ ਤਿੰਨ ਘੰਟੇ ਆ ਕੇ ਰੋਜ਼ ਇੱਥੇ OPD ਕਰਿਆ ਕਰ। ਹਰ ਮਹੀਨੇ ਇੱਕ ਫ੍ਰੀ ਮੈਡੀਕਲ ਕੈਂਪ ਲਾਇਆ ਜਾਏਗਾ, ਜਿਹੜੇ ਕਿ ਉਹਦੀ ਮੈਡੀਸਨ ਵੀ ਫ੍ਰੀ ਦਿੱਤੀ ਜਾਂਦੀ। ਇਲਾਕੇ ਦੀ ਸੋਚ ਦੇਖਿਆ ਕੀਤਾ, ਸਾਨੂੰ ਇੱਥੇ ਬਹੁਤ ਪਿਆਰ ਮਿਲਿਆ। ਆਪਟੀਕਲ ਇੱਦਾਂ ਮਤਲਬ ਵੀ ਉਹ ਫਿਰ ਸਾਨੂੰ ਪੁਲਿਸ ਬਹੁਤ ਵਧੀਆ ਮਿਲ ਗਈ ਸੀ, ਆਪਟੀਕਲ ਡਾਕਟਰ ਬਹੁਤ ਵਧੀਆ ਮਿਲ ਗਿਆ, ਤਾਂ ਕਰਕੇ ਉਹਨਾਂ ਨੂੰ ਵੀ ਅਸੀਂ ਇੱਥੇ ਮਤਲਬ ਨਾਲ ਸਾਰੀਆਂ ਮੈਡੀਸਨ ਕੋਸਮੈਟਿਕ ਅਤੇ ਐਨਕਾਂ ਉਨਕਾਂ ਸਭ ਇੱਥੇ ਅਵੇਲੇਬਲ ਨੇ। ਜਿਹੜਾ ਜੀ ਏਰੀਆ ਹੈਗਾ ਇੱਥੇ ਪਿੱਛੋਂ ਦੀ ਕਾਫੀ ਧਾਂਦਰਾ ਜੇ ਵੋ, ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਮੈਡੀਸਨ ਦੀ ਪ੍ਰੋਬਲਮ ਸੀਗੀ, ਅਤੇ ਜਿਹਦੇ ਕਰਕੇ ਜੇ ਸਟੋਰ ਸੀਗੇ ਉਹਨਾਂ ਕੋਲ ਦਵਾਈ ਪੂਰੀ ਨਹੀਂ ਹੁੰਦੀ ਸੀ। ਉਹਨੂੰ ਦੇਖਦੇ ਹੋਏ ਇੱਥੇ ਇਹ ਬ੍ਰਾਂਚ ਖੋਲ੍ਹੀ ਗਈ। ਇੱਥੇ ਇਹਨੂੰ ਜਿਹੜਾ ਕਲੀਨਿਕਸ ਵਿਦ ਮੈਡੀਵੀਅਸ ਹੋਸਪਿਟਲ ਨਾਲ ਕੀਤਾ ਗਿਆ, ਜਿੰਨੀ ਸਪੈਸ਼ਲਿਟੀ ਆਲ ਤਰ੍ਹਾਂ ਦੇ ਆ ਡਾਕਟਰ ਇੱਥੇ ਹਰੇਕ ਸੰਡੇ ਨੂੰ ਕੈਂਪ ਲਗਾਇਆ ਕਰਨਗੇ, ਅਤੇ ਕਾਫੀ ਡਿਸਕਾਊਂਟ ਰੇਟ 'ਤੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਊਗੀ। ਜਿਹੜਾ ਇਹ ਸਟੋਰ ਹੈ ਜੀ, ਇਹਦੇ ਵਿੱਚ ਕਲੀਨਿਕ ਹੈ, ਕਲੀਨਿਕ ਜਿਹੜਾ ਹੈਗਾ ਉਹਦਾ ਰਾਤ ਦਾ 12 ਵਜੇ ਤੱਕ ਦਾ ਟਾਈਮ ਹੈ, ਬਾਕੀ ਜਿਹੜਾ ਮੈਡੀਵੇਸ ਹੋਟਲ ਦੇ ਨਾਲ ਦੇ ਅਟੈਚਮੈਂਟ ਉਹਨਾਂ ਕਰਕੇ 24 ਆਵਰ ਸਰਵਿਸ ਮਿਲੇਗੀ। ਇਹ ਲੋਕਾਂ ਦੇ ਧਿਆਨ ਵਿੱਚ ਲਿਆਉਂਦੇ ਹੋਏ ਇਹ ਚੀਜ਼ ਲਿਆਂਦੀ ਗਈ, ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਜਿਹੜੀਆਂ ਆਈਜ਼ ਦੀ ਇਹ ਪ੍ਰੋਬਲਮ ਬਹੁਤ ਜ਼ਿਆਦਾ, ਅਤੇ ਇੱਥੇ ਕੋਈ ਆਪਟੀਕਲ ਦਾ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ, ਉਹਦੇ ਲਈ ਇਹ ਚੀਜ਼ ਨੂੰ ਅੱਗੋਂ ਲਿਆਂਦਾ ਗਿਆ।